ਸਾਡੇ ਮਾਨਯੋਗ DGP ਸਾਹਿਬ ਦੀਆਂ ਸਖਤ ਹਦਾਇਤਾਂ ਅਤੇ ਸਾਡੇ ਮਾਨਯੋਗ SSP ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਘੱਲੂਘਾਰਾ ਹਫ਼ਤਾ ਇਹਦੇ ਸੰਬੰਧ ਵਿੱਚ ਜਿਹੜਾ ਵਾ ਅੱਜ ਧਾਰੀਵਾਲ ਕਸਬੇ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ SHO ਸਾਹਿਬ ਧਾਰੀਵਾਲ ਅਤੇ ਸਫੇਦ ਫੋਰਸ ਜਿਹੜਾ ਵਾ ਲੈ ਕੇ ਜਿਹੜਾ ਫਲੈਗ ਮਾਰਚ ਜਿਹੜਾ ਵਾ ਉਹ ਕੀਤਾ ਗਿਆ ਵਾ। ਇਹ ਫਲੈਗ ਮਾਰਚ ਦਾ ਮਕਸਦ ਜਿਹੜਾ ਵਾ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਆ ਅਤੇ ਇਸ ਦੇ ਨਾਲ ਹੀ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਜਿਹੜੀ ਝੂਠੀ ਖਬਰ ਆ ਜਾਂ ਗਲਤ ਖਬਰ ਆ ਉਹਨੂੰ ਅੱਗੇ ਨਾ ਫੈਲਾਓ ਅਤੇ ਉਹਦੇ ਉੱਤੇ ਚੰਗੀ ਤਰ੍ਹਾਂ ਗੌਰ ਕਰੋ। ਅਤੇ ਆਪਣਾ ਜਿਹੜਾ ਹੁਣ ਦੇ ਹਾਲਾਤ ਇਹ ਆ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਵਾ। ਇਹ ਸਿਰਫ ਇੱਕ ਕਿਸਮ ਦੀ ਪ੍ਰਵੈਂਟਿਵ ਮੈਜਰ ਹੀ ਆ ਜਿਹੜਾ ਅਸੀਂ ਫਲੈਗ ਮਾਰਚ ਕੀਤਾ ਵਾ। ਇਸ ਤੋਂ ਇਲਾਵਾ ਜਿਹੜਾ ਘੱਲੂਘਾਰਾ ਵਾ ਇਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਅਸੀਂ 24 ਘੰਟੇ ਜਿਹੜੇ ਆ ਬੱਸ ਸਟੈਂਡ ਦੇ ਉੱਤੇ ਇੱਕ ਨਾਕਾ ਲਗਾਇਆ ਗਿਆ ਵਾ। ਇਸ ਤੋਂ ਇਲਾਵਾ ਜਿਹੜਾ ਤ੍ਰਿਜਾ ਨਗਰ ਵੀ ਨਾਕਾ ਹੈਗਾ। ਇਸ ਤੋਂ ਇਲਾਵਾ ਜਿਹੜੀਆਂ 4 ਗਸ਼ਤਾਂ ਜਿਹੜੀਆਂ ਵਾ ਧਾਰੀਵਾਲ ਦੇ ਵਿੱਚ ਲਾਈਆਂ ਗਈਆਂ ਵਾ, ਸਾਰੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਵੀ ਮੇਨ ਮੇਨ ਪੁਆਇੰਟਾਂ ਦੇ ਉੱਤੇ ਹਰੇਕ ਥਾਂ ਦੇ ਉੱਤੇ ਜਿਹੜੇ 24 ਆਵਰ ਨਾਕੇ ਲਾਏ ਗਏ ਜਿੱਥੇ 4-ਵੀਲਰ 2-ਵੀਲਰ ਜਿਹੜੇ ਆ ਚੈੱਕ ਕੀਤੇ ਜਾ ਰਹੇ ਆ ਅਤੇ ਜਿਹਦੇ ਨਾਲ ਜਿਹੜਾ ਅਸੀਂ ਲੋਕਾਂ ਦੇ ਜਿਹੜੇ ਆ ਜਾਨ ਮਾਲ ਦੀ ਹਿਫਾਜ਼ਤ ਦੇ ਪੂਰੀ ਤਰ੍ਹਾਂ ਵਚਨ ਬੰਦੇ ਹਾਂ। ਸਰ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਆਮ ਲੋਕਾਂ ਨੂੰ ਇਹੋ ਹੀ ਪਹਿਲਾਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੇ ਕੋਈ ਐਵੇਂ ਗਲਤ ਫੁਆ ਫੈਲਾਉਂਦਾ ਵਾ ਕਿ ਆਹ ਕੰਮ ਹੋ ਗਿਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਗੱਲ ਬਹੁਤ ਜਲਦੀ ਫੈਲ ਜਾਂਦੀ ਆ, ਅਤੇ ਉਹਦੀ ਪਹਿਲਾਂ ਚੰਗੀ ਤਰ੍ਹਾਂ ਤਸਦੀਕ ਕਰੋ, ਕਿਉਂਕਿ ਬਹੁਤੀਆਂ ਜਿਹੜੀਆਂ ਖਬਰਾਂ ਵਾ ਝੂਠੀਆਂ ਹੁੰਦੀਆਂ ਵਾ। ਝੂਠੀ ਖਬਰ ਫੈਲਾਉਣ ਦੇ ਨਾਲ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪੈਨਿਕ ਫੈਲਦਾ ਵਾ ਅਤੇ ਉਹਦੇ ਨਾਲ ਜਿਹੜਾ ਵਾ ਲੋਕ ਸਹਿਮ ਜਾਂਦੇ ਆ। ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਕੋਈ ਵੀ ਝੂਠੀ ਖਬਰ ਨਾ ਫੈਲਾਏ। ਇਸ ਤੋਂ ਇਲਾਵਾ ਜੇ ਕੋਈ ਸਾਬਤ ਹੋ ਗਿਆ ਵੀ ਕਿਸੇ ਨੇ ਕੋਈ ਝੂਠੀ ਖਬਰ ਫੈਲਾਈ ਆ ਅਤੇ ਉਹਦੇ ਖਿਲਾਫ਼ ਜਿਹੜੀ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਅਸੀਂ ਆਮ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਬੰਦਾ ਸ਼ੱਕੀ ਬੰਦਾ ਤੁਹਾਨੂੰ ਨਜ਼ਰ ਆਉਂਦਾ ਵਾ, ਜਿਹੜਾ ਬੰਦਾ ਤੁਹਾਡੇ ਜਾਣਕਾਰ 'ਚ ਨਹੀਂ ਹੈਗਾ, ਜਿਹਦੀਆਂ ਹਰਕਤਾਂ ਤੋਂ ਲੱਗਦਾ ਵਾ ਵੀ ਇਹ ਬੰਦਾ ਠੀਕ ਨਹੀਂ ਹੈਗਾ, ਉਹਦੀ ਤੁਰੰਤ ਜਿਹੜੀ ਆ ਥਾਣੇ ਲੋਕਲ ਥਾਣੇ ਨੂੰ ਇਤਲਾਹ ਦਿਓ। ਇਸ ਤੋਂ ਇਲਾਵਾ ਮੇਨ ਭੀੜ ਭੜੱਕੇ ਵਾਲੇ ਬਾਜ਼ਾਰਾਂ ਦੇ ਵਿੱਚ ਜਾਂ ਕਿਤੇ ਵੀ ਗਲੀ ਦੇ ਵਿੱਚ ਕੋਈ ਤੁਹਾਨੂੰ ਲਵਾਰਸ ਚੀਜ਼ ਮਿਲਦੀ ਆ, ਕੋਈ ਬੈਗ ਮਿਲਦਾ, ਉਹ ਵੀ ਜਿਹੜੀ ਆ ਤੁਰੰਤ ਇਤਲਾਹ ਜਿਹੜੀ ਥਾਣੇ ਦਿਓ, ਆਪਣੇ ਆਪ ਚੈੱਕ ਨਾ ਕਰੋ। ਸਰ ਜਿਹੜੇ ਪੁਰਾਣੇ ਅਪਰਾਧਿਕ ਰਿਕਾਰਡ ਵਾਲੇ ਲੋਕ ਆ ਉਹਨਾਂ ਨੂੰ ਵੀ 6 ਜੂਨ ਨੂੰ ਲੈ ਕੇ ਕੋਈ ਰਾਊਂਡ ਅਪ ਕੀਤਾ ਜਾ ਰਿਹਾ? ਨਹੀਂ, ਅਜੇ ਨਹੀਂ, ਸਿਰਫ ਨਿਗਰਾਨੀ ਰੱਖੀ ਜਾ ਰਹੀ ਹੈ। ਧੰਨਵਾਦ। ਹਾਂਜੀ।